ਦੇ ਬਲੌਗ 'ਚ ਸਵਾਗਤ ਆ ਸਾਰਿਆਂ ਦਾ। ਕਿੱਦਾਂ ਠੀਕ ਠਾਕ ਹੋ? ਅਤੇ ਆਪਣਾ ਜਿਹੜਾ ਅੱਜ ਵਾਲਾ ਬਲੌਗ ਆ ਜੀ, ਅੱਜ ਵਾਲਾ ਵੀ ਵਿਆਹਤੀ ਹੈ ਅਤੇ ਅੱਜ ਸਮਾਨ ਛੱਡਣ ਵੀ ਆਉਣਾ ਅਤੇ ਸਮਾਨ ਲੈ ਕੇ ਵੀ ਆਉਣਾ ਕੱਲ੍ਹ ਨੂੰ ਜਾਗੋ ਆ। ਅਤੇ ਹੁਣ ਆਪਾਂ ਚੱਲੇ ਹਾਂ ਕਟਿੰਗ ਕੁਟਿੰਗ ਕਰਾਉਣ, ਡੈਸ਼ਿੰਗ ਫੈਸ਼ਿੰਗ ਜੇ ਬੰਨ ਚੱਲੇ ਆਪਾਂ। ਅਤੇ ਪਹਿਲਾਂ ਆਪਾਂ ਉੱਥੇ ਜਾਂਦੇ ਹਾਂ ਅਤੇ ਫਿਰ ਆ ਕੇ ਘਰ ਤੁਹਾਨੂੰ ਸਾਰਾ ਪ੍ਰੋਗਰਾਮ ਦਿਖਾਵਾਂਗੇ। ਅਤੇ ਚਲੋ ਜੀ, ਐਂਡ ਤੱਕ ਬਲੌਗ ਜ਼ਰੂਰ ਦੇਖਿਓ, ਬਹੁਤ ਘੈਂਟ ਬਲੌਗ ਬਣੂਗਾ। ਅਤੇ ਬਾਅਦ 'ਚ ਕਰਦੇ ਹਾਂ ਗੱਲ। ਸੈਟਿੰਗ ਜਿੱਥੇ ਆਪਾਂ ਆਉਣਾ ਸੀ ਉੱਥੇ ਆ ਗਏ। ਕਿੱਥੇ ਆ ਗਏ, ਕਿੱਥੇ ਜਾਓ, ਕਿੱਥੇ ਜਾ ਕਿੱਥੇ ਜਾ, ਬਸ 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 ਬਸ। ਲਓ ਬਾਈ, ਹੁਣ ਆਪਾਂ ਘਰ ਆ ਗਏ ਅਤੇ ਕਟਿੰਗ ਕੁਟਿੰਗ ਆਪਾਂ ਕਰਾਇਆ ਏ। ਅਤੇ ਇੱਧਰ ਰਿਸ਼ਤੇਦਾਰ ਵੀ ਆ ਰਹੇ ਨੇ ਘਰ, ਭੁੱਖ ਵੀ ਬਹੁਤ ਲੱਗ ਰਹੀ ਹੈ। ਰੋਟੀ ਰੁਟੀ ਖਾ ਕੇ ਆਪਾਂ ਫਿਰ ਦੂਜਾ ਬਲੌਗ ਅੱਗੇ ਕਰਦੇ ਹਾਂ। ਅਤੇ ਇਹ ਆ ਗਿਆ ਰੋਟੀ ਲੈ ਕੇ, ਬੂੰਦੀ ਕਰਾਦੀ ਹੁੰਦੀ, ਚਲ ਬੂੰਦੀ ਲੈ ਕੇ ਆ ਗਿਆ ਜੀ। ਅਤੇ ਉੱਧਰ ਦੀਪ ਦੂਪ ਮਾਲਾ ਲਾਈ ਜਾਂਦੇ, ਆਪਾਂ ਫਿਰ ਤੁਹਾਨੂੰ ਦਿਖਾਉਂਦੇ ਹਾਂ। ਦੇਖੋ ਜੀ, ਇੱਧਰ ਰਿਸ਼ਤੇਦਾਰ ਆ ਰਹੇ ਨੇ, ਰੋਟੀ ਪਾਣੀ ਬਣੀ ਜਾਂਦਾ, ਡਿੱਗ ਪਏ ਜੀ। ਇੱਧਰ ਦੀਪ ਮਾਲਾ ਲਾਈ ਜਾਂਦੇ ਨੇ, ਜਿਗਰੀ ਯਾਰ ਸਾਡਾ ਠੀਕ ਠਾਕ ਬਾਈ, ਵਧੀਆ ਠੀਕ ਠਾਕ ਬਾਈ, ਵਧੀਆ। ਆ ਦੇਖੋ ਬਾਈ, ਡੈਕੋਰੇਸ਼ਨ ਕਰੀ ਜਾਂਦੇ ਕੋਠੀ ਦੀ। ਅਤੇ ਰਾਤ ਨੂੰ ਤੁਹਾਨੂੰ ਹੋਰ ਦਿਖਾਵਾਂਗੇ, ਰਾਤ ਨੂੰ ਵਧੀਆ ਜਗੂਗੀ, ਹਜੇ ਤਾਂ ਦਿਨ ਬਹੁਤ ਖੜਾ ਤਾਂ ਕਰਕੇ ਪਤਾ ਚ ਨਹੀਂ ਲੱਗ ਰਿਹਾ। ਆ ਦੇਖੋ ਬਾਈ ਲੱਗਿਆ ਪਿਆ, ਕੈਸੇ ਹੋ? ਹਾਂ, ਹੁਣ ਸ਼ਗਨ ਪਾਉਣ ਦੀ ਤਿਆਰੀ ਹੈ ਜੀ। ਅਤੇ ਇੱਧਰ ਸਮਾਨ ਸਮੂਨ ਪਿਆ ਗਿਆ, ਉੱਧਰ ਰਿਸ਼ਤੇਦਾਰ ਖੜ੍ਹੇ ਨੇ ਬਾਹਰ, ਇੱਧਰ ਵੀ ਰਿਸ਼ਤੇਦਾਰ ਖੜ੍ਹੇ ਨੇ। ਅਤੇ ਬਸ ਹੁਣ ਫੁੱਲ ਤਿਆਰੀ ਹੈ ਜੀ ਸ਼ਗਨ ਪਾਉਣ ਦੀ, ਹੁਣ ਸ਼ਗਨ ਸ਼ਗਨ ਪਾਉਣਗੇ ਅਤੇ ਸਮਾਨ ਵੀ ਆਉਣ ਵਾਲਾ। ਦੇਖੋ ਸਾਰਾ ਇੱਧਰ ਗੱਲਾਂ ਬਾਤਾਂ ਕਰੀ ਜਾਂਦੇ ਆ। ਆਹ ਦੇਖੋ ਜੀ, ਆਹ ਇੱਧਰ ਵੀ ਲਾਤੀ ਜੀ ਦੀਪਮਾਲਾ, ਆਹ ਬਾਈ ਹਜੇ ਵੀ ਲਾਈ ਜਾਂਦਾ। ਅਤੇ ਇੱਧਰ ਇਹਦੀ ਵੀ ਡੈਕੋਰੇਸ਼ਨ ਕਰਤੀ, ਇੱਧਰੋਂ ਆਹ ਇੱਧਰ ਵੀ ਕੋਠੀ ਦੀ ਡੈਕੋਰੇਸ਼ਨ ਕਰਤੀ। ਹਜੇ ਚੁੰਨੀਆਂ ਪਾਉਣ ਵਾਲੀਆਂ ਰਹਿੰਦੀਆਂ ਨੇ, ਚੁੰਨੀਆਂ ਪਾਉਣ ਵਾਲੀਆਂ ਰਹਿੰਦੀਆਂ, ਚੁੰਨੀਆਂ ਪੈ ਜਾਣਗੀਆਂ। ਅਤੇ ਇੱਧਰ ਆ ਗੱਲਾਂ ਬਾਤਾਂ ਕਰੀ ਜਾਂਦੇ ਹੈਗੇ, ਉੱਧਰ ਮਟਰ ਕੱਢੀ ਜਾਂਦੇ ਜੀ, ਉੱਧਰ ਪਨੀਰ 'ਚ ਚੀਰੀ ਜਾਂਦਾ ਹਲਵਾਈ। ਅਤੇ ਉੱਥੇ ਇੱਕ ਮੇਰਾ ਪਾਪਾ ਬੈਠਾ ਜੀ, ਇੱਧਰ ਮੈਸਾਂ ਨੇ ਆ ਮੁੰਡੇ ਹੱਸੀ ਜਾਂਦੇ ਨੇ, ਇਹ ਵੀ ਹੱਸੀ, ਇਹ ਵਿਆਹ ਦਾ ਮੁੰਡਾ ਗਾ ਵਿਆਹ। ਅਤੇ ਆ ਦੇਖੋ ਜੀ, ਮੈਂ ਤੁਹਾਨੂੰ ਉੱਤੇ ਵੀ ਦਿਖਾ ਕੇ ਆਉਣਾ, ਉੱਤੇ ਵੀ ਦਿਖਾ ਕੇ ਆਉਣਾ ਤੁਹਾਨੂੰ, ਲੈ ਕੇ ਚੱਲਦੇ ਹਾਂ, ਉੱਤੇ ਵੀ ਲੈ ਕੇ ਚੱਲਦੇ ਹਾਂ। ਅੱਛਾ ਅੱਛਾ ਠੀਕ ਹੈ। ਇੱਧਰ ਸਬਜ਼ੀਆਂ ਸੁਬਜ਼ੀਆਂ ਪਈਆਂ ਨੇ ਜੀ, ਇਹ ਧਰਾਂਗੇ ਆਪਾਂ ਕੱਲ੍ਹ ਨੂੰ, ਅਤੇ ਲੈ ਕੇ ਚੱਲਦੇ ਹਾਂ। ਆ ਜਾਓ ਆ ਜਾਓ, ਦੇਖੋ ਜੀ ਇਹਦੀ ਵੀ ਡੈਕੋਰੇਸ਼ਨ ਹੋ ਗਈ, ਆਹ ਬਾਈ ਨੇ ਕੀਤੀ ਹੈ, ਜੇ ਕਿਸੇ ਨੇ ਕਰਾਉਣੀ ਹੋਵੇ ਤਾਂ ਬਾਈ ਨਾਲ ਸੰਪਰਕ ਕਰ ਸਕਦੇ। ਅਤੇ ਉੱਧਰੋਂ ਸਾਹਮਣੇ ਉਹ ਦੂਜੀ ਦੀ ਵੀ ਹੋ ਗਈ, ਉਹ ਆਪਣਾ ਸ਼ੋਅਰ ਆਉਂਦਾ। ਆਹ ਬਾਈ ਯਾਰ, ਆਹ ਬਾਈ ਫੁੱਲਾਂ ਫਾਲਾਂ ਦੀ ਡੈਕੋਰੇਸ਼ਨ ਵੀ ਕਰਦੇ ਆ। ਅਤੇ ਆਹ ਦੇਖੋ ਤੁਸੀਂ, ਬਹੁਤ ਵਧੀਆ ਡੈਕੋਰੇਸ਼ਨ ਕੀਤੀ ਹੈਗੀ। ਇੱਧਰ ਦੀਪਮਾਲਾ ਵੀ ਬਹੁਤ ਵਧੀਆ ਲਾਈ ਹੈ, ਬਾਕੀ ਰਾਤ ਨੂੰ ਤੁਹਾਨੂੰ ਦੁਬਾਰਾ ਦਿਖਾਵਾਂਗੇ, ਰਾਤ ਨੂੰ ਇਹ ਜੈਕਟ ਵੀ ਫਿਰ ਹੋਰ ਸੋਹਣੀ ਲੱਗੂ। ਅਤੇ ਆਹ ਡੈਕੋਰੇਸ਼ਨ ਵੀ ਬਾਈਆਂ ਨੇ ਕੀਤੀ ਆ, ਤਾਂ ਜੇ ਕਿਸੇ ਵੀਰ ਭਾਈ ਨਾਲ ਲਵਾਉਣੀ ਹੋਵੇ ਤਾਂ ਸੰਪਰਕ ਬਾਈਆਂ ਨਾਲ ਕਰ ਸਕਦੇ ਨੇ, ਬਹੁਤ ਵਧੀਆ ਮਾਹੌਲ ਆ। ਬਾਕੀ ਆਪਾਂ ਤੁਹਾਨੂੰ ਬਾਕੀ ਦਾ ਬਲੌਗ ਤੁਹਾਨੂੰ ਰਾਤ ਨੂੰ ਦਿਖਾਵਾਂਗੇ। ਲਓ ਜੀ, ਹਨੇਰਾ ਹੋ ਚੁੱਕਿਆ ਅਤੇ ਜਿਹੜੀ ਡੈਕੋਰੇਸ਼ਨ ਕੀਤੀ ਸੀ ਉਹ ਜਗ ਪਈਆਂ, ਅਤੇ ਤੁਸੀਂ ਆਹ ਦੇਖੋ ਪੂਰਾ ਬਹੁਤ ਸੋਹਣਾ ਮਾਹੌਲ ਲੱਗ ਰਿਹਾ, ਬਹੁਤ ਘੈਂਟ ਕੰਮ ਹੈ। ਸਿਰਾ ਹੋਇਆ ਪਿਆ, ਜਸਟ ਇਗਨੋਰ ਹਿਮ। ਅਤੇ ਮੈਂ ਤੁਹਾਨੂੰ ਉੱਧਰ ਵੀ ਦਿਖਾਉਣਾ ਦੂਜੀ ਕੋਠੀ। ਆਹ ਦੇਖੋ ਜੀ,
पूरा घेंट काम होया पिया अज लगता है भी ब्याह वाला घर है। इधर बुढ़िया रोटी पानी लाई जांदियां ओ उधर वो फिरदे ने उधरों साढ़े जवाक जे फिरदे ने इधर देखो बहुत घेंट माहौल होया पाया बहुत घेंट काम है पूरा सोहना लग रहा इधरों आ देखो सारे आपदे आपदे काम करते फिरते ने कल जागो है तो कल इतने डीजे शीजे ला देने आप कल हो रौनक मेला हो जू कल सारे रिश्तेदार ने आ जाना बई जी बस तुम सपोर्ट करते रहो ब्लॉग आप घंट घंट लैके आते रहेंगे चैनल सबसक्राइब करो कमेंट लाइक सब कुछ करा करो बई मन के अगे भी शेयर करा करो तो आखो भीरे जे ब्लॉग वधिया लग्या तां वध तों वध सपोर्ट करियो लाइक कमेंट शेयर जरूर करियो थोड़ी सपोर्ट की बहुत लोड़ है जे तुसीं सपोर्ट करोगे तो हौसला मिलेगा तो जे हौसला मिलेगा तो ब्लॉग सरा होया करनगे थैंक यू ओके जी।